ਵੈਲਕਮ ਟੂ ਦਿਸ ਐਪੀਸੋਡ ਆਫ ਦਾ ਹਰਪ੍ਰੀਤ ਸਿੰਘ ਸ਼ੋਅ। ਤੁਹਾਡਾ ਮੇਰਾ ਸਾਥ ਹੋਇਆ ਕਰਦਾ ਜੀ ਮੰਡੇ ਟੂ ਫਰਾਈਡੇ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ, ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਰਹਿੰਦੀ ਕਿ ਤੁਹਾਡੇ ਨਾਲ ਜਿੱਥੇ ਅਸੀਂ ਪੋਲੀਟਿਕਸ, ਇਕਨੋਮਿਕਸ, ਸਪੋਰਟਸ, ਲਾਈਫ ਸਟਾਈਲ, ਹੈਲਥ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ, ਨਾਲ ਹੀ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਜਿਹੜੇ ਕਿ ਆਪਣੇ ਫੀਲਡ ਵਿੱਚ ਕਾਮਯਾਬ ਹੋਏ ਨੇ। ਅੱਜ ਅਸੀਂ ਐਸੀ ਹੀ ਇੱਕ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਕਿ ਮੁੱਖ ਮਕਸਦ ਇਹੀ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਗੈਂਗਸ ਖਤਮ ਹੋਣ, ਇਹ ਵਾਇਲੈਂਸ ਜੋ ਵੱਧਦਾ ਜਾ ਰਿਹਾ ਇਸ ਉੱਤੇ ਰੋਕ ਲੱਗ ਸਕੇ ਅਤੇ ਸਟਰੀਟ ਤੋਂ ਡਰੱਗਸ ਖਤਮ ਹੋ ਜਾਣ। ਜੈਕ ਖੋਸਾ ਕੰਬਾਈਂਡ ਫੋਰਸਿਸ ਯੂਨਿਟ ਨਾਲ ਕੰਮ ਕਰਦੇ ਨੇ ਅਤੇ ਗੈਂਗ ਇਨਫੋਰਸਮੈਂਟ ਯੂਨਿਟ ਨਾਲ ਇਹ ਕੰਮ ਕਰਕੇ ਸਕੂਲਾਂ ਵਿੱਚ ਜਾ ਕੇ, ਗੁਰਦੁਆਰੇ ਮੰਦਰਾਂ ਵਿੱਚ ਜਾ ਕੇ ਅਤੇ ਸੁਸਾਇਟੀ ਵਿੱਚ ਜਾ ਕੇ ਇਹੀ ਮੈਸੇਜ ਦੇ ਰਹੇ ਨੇ ਕਿ ਆਓ ਸਾਰੇ ਰਲ ਮਿਲ ਕੇ ਕੁਝ ਯਤਨ ਕਰੀਏ ਅਤੇ ਆਪਣੇ ਆਉਣ ਵਾਲੀ ਪਨੀਰੀ ਨੂੰ ਬਚਾ ਸਕੀਏ। ਆਓ ਅੱਜ ਇਸ ਦੇ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਕੁਝ ਜਾਣਕਾਰੀ ਇਹਨਾਂ ਬਾਰੇ ਲੈਣੀ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਅਰਬਜੀ। ਥੈਂਕ ਯੂ। ਕਿੰਨੇ ਸਾਲ ਹੋ ਗਏ ਜੈਕ ਤੁਹਾਨੂੰ ਪੁਲਿਸ ਦੇ ਵਿੱਚ? ਮੈਨੂੰ ਤਕਰੀਬਨ ਜੀ 12 ਸਾਲ ਹੋ ਗਏ। 2 ਸਾਲ ਪਹਿਲਾਂ ਮੈਂ ਇੰਟੈਲ ਸੈਕਸ਼ਨ 'ਚ ਕੰਮ ਕੀਤਾ ਔਰ 10 ਸਾਲ ਜਿਹੜੇ ਹੈਗੇ ਹੁਣ ਐਕਚੁਅਲ ਪੁਲਿਸਿੰਗ ਦੇ ਵਿੱਚ ਕੰਮ ਮੈਂ ਕਰ ਰਿਹਾ। ਸੋ ਇਹ ਜਿਹੜੀ ਯੂਨਿਟ ਹੈ ਗੈਂਗ ਇਨਫੋਰਸਮੈਂਟ ਯੂਨਿਟ, ਇੱਕ ਵੱਖਰੀ ਕਿਸਮ ਦਾ ਤੁਹਾਡਾ ਕੰਮ ਹੈਗਾ, ਆਮ ਰੋਜ਼ਮਰਾ ਜਿਹੜਾ ਪੁਲਿਸ ਦਾ ਕੰਮ ਹੁੰਦਾ ਉਸ ਤੋਂ ਵੱਖਰਾ ਹੁੰਦਾ। ਇਸ ਪਾਸੇ ਤੁਹਾਡਾ ਧਿਆਨ ਸੀ ਆਉਣ ਨੂੰ ਕਿ ਯੂ ਆਰ ਸਿਲੈਕਟਿਡ ਅਤੇ ਤੁਸੀਂ ਇਸ ਦੇ ਵਿੱਚ ਆ ਗਏ, ਜਾਂ ਤੁਸੀਂ ਮਨੋ ਚਾਹੁੰਦੇ ਸੀ? ਮੈਂ ਸ਼ੁਰੂ ਤੋਂ ਹੀ ਜੀ ਕਮਿਊਨਿਟੀ ਨੇ ਕੰਮ ਕੀਤਾ ਔਰ ਪੁਲਿਸ ਜਾਣ ਤੋਂ ਪਹਿਲਾਂ ਐਜ਼ ਅ ਫੋਟੋ ਜਰਨਲਿਸਟ ਮੈਂ ਕੰਮ ਕਰਦਾ ਹੁੰਦਾ ਸੀ। ਵਾਓ! ਸੋ ਮੀਡੀਆ ਨੇ ਬੜਾ ਨੇੜ ਦਾ ਰਿਸ਼ਤਾ ਰਿਹਾ ਹੈਗਾ। ਸੋ ਕਮਿਊਨਿਟੀ ਵਾਲੰਟੀਅਰ ਕਰਨਾ ਐਜ਼ ਅ ਕਮਿਊਨਿਟੀ ਮੈਂਬਰ ਜੀ, ਉਹ ਮੈਂ ਕੰਟੀਨਿਊ ਰੱਖਿਆ। ਓਕੇ। ਵਿਕਟਿਮ ਸਰਵਿਸਿਜ਼ ਕੰਮ ਕੀਤਾ RCMP ਵਿੱਚ ਐਜ਼ ਅ ਵਾਲੰਟੀਅਰ, ਰਾਈਟ। ਉਸ ਤੋਂ ਬਾਅਦ ਨਿਊਜ਼ ਪੇਪਰਸ ਨਾਲ ਕੰਮ ਕੀਤਾ ਜਾਂ ਕਿਸੇ ਵੀ ਔਰਗਨਾਈਜੇਸ਼ਨ ਨਾਲ ਜਿੱਥੇ ਮੇਰਾ ਟਾਈਮ ਮਿਲਦਾ ਸੀਗਾ, ਮੈਂ ਉਹ ਕੰਮ ਕਰਦਾ ਸੀਗਾ, ਰਾਈਟ। ਔਰ ਪੁਲਿਸ ਵੱਲ ਤਾਂ ਧਿਆਨ ਗਿਆ, ਉੱਥੇ ਹਾਇਰ ਹੋਇਆ। ਉਸ ਤੋਂ ਬਾਅਦ ਜੋ ਆਪਣੇ ਕਮਿਊਨਿਟੀ ਦੇ ਵਿੱਚ ਉਸ ਟਾਈਮ 'ਤੇ ਹੋ ਰਿਹਾ ਸੀਗਾ 90s ਦੇ ਵਿੱਚ, ਜਾਂ ਮੈਂ ਉਸ ਦਹਾਕੇ ਦੇ ਵਿੱਚ ਉਹ ਦੇਖਿਆ, 200 ਮੁੰਡਾ ਆਪਣਾ ਪੰਜਾਬੀ ਮਾਰਿਆ ਗਿਆ, ਤਾਂ ਨੈਚੁਰਲੀ ਮੇਰਾ ਧਿਆਨ ਗੈਂਗਸ ਵੱਲ ਹੋ ਗਿਆ। ਸੋ ਵਿਦ ਇਨ ਫਸਟ 2 ਈਅਰਸ ਆਫ ਮਾਈ ਜੋਬ, ਪਹਿਲੇ 2 ਸਾਲਾਂ 'ਚ ਹੀ ਮੈਂ ਜਿਹੜੀਆਂ ਸਪੈਸ਼ਲਾਈਜ਼ ਯੂਨਿਟਸ ਦੇ ਵਿੱਚ ਚਲਾ ਗਿਆ, ਔਰ ਉਸ ਤੋਂ ਲੈ ਕੇ ਹੁਣ ਤੱਕ ਮੈਂ ਸਿਰਫ ਇਹ ਗੈਂਗ ਇਨਫੋਰਸਮੈਂਟ ਦਾ ਜਿਹੜਾ ਕੰਮ ਕਰ ਰਿਹਾ ਹੈ। ਤੁਹਾਡਾ ਜਨਮ ਕੈਨੇਡਾ 'ਚ ਹੋਇਆ ਜਾਂ ਭਾਰਤ? ਨਹੀਂ, ਮੇਰੀ ਜੰਪਲ ਇੰਡੀਆ ਦੇ ਵਿੱਚ ਹੋਈ ਸੀ, ਮੈਂ 17 ਸਾਲ ਦਾ ਸੀ ਜਦੋਂ ਕੈਨੇਡਾ ਆਇਆ ਇੱਥੇ। ਓਕੇ। ਔਰ ਉਸ ਤੋਂ ਬਾਅਦ ਹੁਣ ਇੱਥੇ। ਰਾਈਟ। ਸੋ ਪੁਲਿਸ ਦੇ ਵਿੱਚ ਇੱਕ ਬੜਾ ਯੂਨੋ ਡਿਫਰੈਂਟ ਕਿਸਮ ਦਾ ਕੰਮ ਹੁੰਦਾ, ਪੁਲਿਸ ਦਾ ਗਲੈਮਰ ਵੀ ਹੈਗਾ ਪਰ ਉਸਦੇ ਨਾਲ ਨਾਲ ਰਿਸਪੋਂਸਿਬਿਲਿਟੀਜ਼ ਬਹੁਤ ਹੋ ਜਾਂਦੀਆਂ, ਅਤੇ ਖਾਸ ਤੌਰ 'ਤੇ ਜਿਸ ਯੂਨਿਟ 'ਚ ਤੁਸੀਂ ਕੰਮ ਕਰ ਰਹੇ ਹੋ। ਆਫਕੋਰਸ ਵੀ ਨੋਟ ਡੈਲ ਡੀਪ ਇਨ ਟੂ ਇਟ, ਬਟ ਜਨਰਲੀ ਮੈਂ ਚਾਹਾਂਗਾ ਕਿ ਤੁਹਾਡਾ ਰੋਜ਼ ਦਾ ਜਿਹੜਾ ਦਿਨ ਹੁੰਦਾ ਕਿਸ ਤਰ੍ਹਾਂ ਦਾ ਹੁੰਦਾ ਹੈ? ਡਿਪੈਂਡਸ ਕਿ ਤੁਸੀਂ ਕਿਸ ਖਾਸ ਉਸ ਜਿਹੜੀ ਏਜੰਸੀ ਦੇ ਅਧੀਨ ਕਿਸ ਯੂਨਿਟ ਨਾਲ ਕੰਮ ਕਰ ਰਹੇ ਹਾਂ। ਓਕੇ। ਪਿਛਲੇ 5-7 ਸਾਲ ਮੈਂ ਇੱਕ ਇਹੋ ਜਿਹੀ ਯੂਨਿਟ ਨਾਲ ਕੰਮ ਕਰ ਰਿਹਾ ਸੀ ਜਿੱਥੇ ਵਰਦੀ ਨਹੀਂ ਸੀ ਪਾਉਣੀ ਪੈਂਦੀ, ਆਪਣੇ ਆਪ ਨੂੰ ਐਜ਼ ਅ ਪੁਲਿਸ ਆਫਿਸਰ ਆਈਡੈਂਟੀਫਾਈ ਨਹੀਂ ਸੀ ਕਰ ਸਕਦੇ ਜੀ, ਔਰ ਬਾਹਰ ਨਿਕਲ ਕੇ ਕਦੇ ਕਮਿਊਨਿਟੀ 'ਚ ਕਦੇ ਕੈਮਰੇ ਮੂਰੇ ਨਹੀਂ ਸੀ ਆਇਆ ਜਾਂਦਾ ਜਾਂ ਆਉਣਾ ਨਹੀਂ ਚਾਹੁੰਦਾ ਸੀ ਮੈਂ। ਰਾਈਟ। ਸੋ ਉਹ ਇੱਕ ਵੱਖਰੀ ਕਿਸਮ ਦਾ ਸਟ੍ਰੈਸ ਜਿਹੜਾ ਤੁਹਾਨੂੰ ਹੁੰਦਾ, ਰਾਈਟ, ਕਿ ਸੋਸ਼ਲ ਮੀਡੀਆ 'ਤੇ ਤੁਸੀਂ ਨਹੀਂ ਆ ਸਕਦੇ, ਆਪਣੀ ਫੈਮਿਲੀ ਦੇ ਸਾਹਮਣੇ ਫੋਟੋ ਨਹੀਂ ਕਿਤੇ ਪਾ ਸਕਦੇ। ਪਰ ਹੁਣ ਜਿਹੜੀ ਮੇਰੀ ਜੋਬ ਚੇਂਜ ਹੋਈ ਹੈ, ਕਮਿਊਨਿਟੀ ਇੰਟਰਵੈਂਸ਼ਨ 'ਚ ਹੋ ਗਈ ਹੈ, ਰਾਈਟ, ਜਿਹੜੀ ਗੈਂਗ ਇੰਟਰਵੈਂਸ਼ਨ ਯੂਨਿਟ ਹੈਗੀ ਹੈ, ਔਰ ਉਹਦੇ 'ਚ ਸਾਰਾ ਕੰਮ ਹੀ ਕਮਿਊਨਿਟੀ ਦੇ ਨਾਲ ਕਰਨਾ, ਔਰ ਇਕੱਲਾ ਐਜੂਕੇਸ਼ਨ ਅਵੇਅਰਨੈਸ ਨਹੀਂ, ਸਪਰੈਸ਼ਨ ਅਤੇ ਇਨਫੋਰਸਮੈਂਟ ਵੀ ਅਸੀਂ ਕਰਨੀ ਹੈ, ਰਾਈਟ, ਕਿ ਬੱਚੇ ਜਿਹੜੇ ਵਿਗੜੇ ਹੋਏ ਆ ਜੋ ਸਿਰਫ ਗੱਲਾਂ ਨਾਲ ਨਹੀਂ ਸੁਧਰਨੇ ਜੀ, ਉਹਨਾਂ 'ਤੇ ਅਸੀਂ ਦੱਬ ਕੇ ਇਨਫੋਰਸਮੈਂਟ ਵੀ ਕਰਾਂਗੇ, ਔਰ ਜਿਹੜੇ ਗੱਲਾਂ ਨਾਲ ਸੁਧਰਨਗੇ ਉਹਨਾਂ ਨਾਲ ਗੱਲਾਂ ਵੀ ਕਰਾਂਗੇ ਅਸੀਂ। ਜਿਹੜੀ ਜਨਰਲ ਤੁਹਾਡੀ ਰਿਕਰੂਟਮੈਂਟ ਹੁੰਦੀ ਹੈ ਉਹ ਸੇਮ ਪ੍ਰੋਸੈਸ ਹੁੰਦਾ ਜੀ ਸਾਰੀ ਤੁਹਾਡੇ RCMP ਹੋ ਗਿਆ ਜਾਂ ਤੁਹਾਡੇ ਹੋਰ ਜਿਹੜੀਆਂ ਫੀਲਡਸ ਨੇ? ਪਹਿਲਾਂ ਤੁਸੀਂ ਐਜ਼ ਅ ਕਾਪ ਸੇਮ ਟੈਸਟ ਦਿੰਦੇ ਹੋ, ਉਸ ਤੋਂ ਬਾਅਦ ਜਾ ਕੇ ਫਿਰ ਤੁਹਾਡੀ ਸਪੈਸ਼ਲਾਈਜੇਸ਼ਨ ਹੁੰਦੀ? ਹਾਂਜੀ, ਤਕਰੀਬਨ ਜਦੋਂ ਪਹਿਲਾਂ ਤੁਸੀਂ ਪੁਲਿਸ ਦੇ ਵਿੱਚ ਸ਼ੁਰੂ ਹੋਣਾ, ਤੁਸੀਂ ਇੱਕ ਐਪਲੀਕੇਸ਼ਨ ਪਾਉਣੀ ਹੈ। ਓਕੇ। ਫਿਰ ਤੁਹਾਡੀ ਸੂਟੇਬਿਲਿਟੀ ਦੇਖਦੇ ਕਿ ਤੁਸੀਂ ਐਪਲੀਕੇਸ਼ਨ ਦੇ ਹਿਸਾਬ ਨਾਲ ਤੁਹਾਡਾ ਵੇਟ ਕਿੰਨਾ ਹੈਗਾ, ਰਾਈਟ। ਫਿਰ ਤੁਹਾਨੂੰ ਇੰਟਰਵਿਊ ਲਈ ਸੱਦੇ ਇੱਕ ਜਿਹੜੀ ਕਿ ਬੜੀ ਬੇਸਿਕ ਇੰਟਰਵਿਊ ਹੁੰਦੀ ਹੈ, ਰਾਈਟ। ਉਸ ਤੋਂ ਬਾਅਦ ਤੁਸੀਂ ਟੈਸਟ ਲਿਖਦੇ ਹਾਂ, ਟੈਸਟ ਲਿਖਣ ਤੋਂ ਬਾਅਦ ਤੁਹਾਡਾ ਫਿਜ਼ੀਕਲ ਹੁੰਦਾ, ਫਿਜ਼ੀਕਲ ਬਾਅਦ ਮੈਡੀਕਲ ਐਗਜ਼ਾਮ ਹੁੰਦੇ ਆ, ਰਾਈਟ। ਫਿਰ ਸਾਈਕ ਐਗਜ਼ਾਮ ਹੁੰਦੇ ਆ ਕਿ ਦਿਮਾਗੀ ਤਵਜ਼ੋ ਤੁਹਾਡੀ ਕਿਹੋ ਜਿਹੀ ਹੈਗੀ ਹੈ। ਉਸ ਤੋਂ ਬਾਅਦ ਤੁਹਾਡਾ ਬੈਕਗਰਾਊਂਡ ਚੈੱਕ ਹੁੰਦਾ ਜੀ, ਫਿਰ ਪੋਲੀਗ੍ਰਾਫ, ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਦੇ ਵਿੱਚ ਪੈਨਲ ਇੰਟਰਵਿਊ ਵੀ ਹੁੰਦੀ ਹੈ, ਰਾਈਟ, ਜਿਹਦੇ 'ਚ ਚੀਫ ਜਾਂ ਕੋਈ ਹੋਰ ਜਿਹੜੇ ਹਾਈ ਰੈਂਕਿੰਗ ਆਫਿਸਰਸ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ। ਉਹ ਸਾਰਾ ਕੁਝ ਕਰਨ ਤੋਂ ਬਾਅਦ 8 ਜਾਂ 9 ਜਿਹੜੇ ਸਟੈਪਸ ਹੈਗੇ ਆ, ਰਾਈਟ, ਉਸ ਤੋਂ ਬਾਅਦ ਤੁਹਾਡਾ ਇੱਕ ਸਕੋਰ ਹੁੰਦਾ, ਓਕੇ, ਔਰ ਉਹ ਬਾਕੀ ਐਪਲੀਕੈਂਟਸ ਨਾਲ ਮੈਜ਼ਰ ਕੀਤਾ ਜਾਂਦਾ ਕਿ ਤੁਸੀਂ ਕਿੱਥੇ ਖੜੇ ਹੋ ਉੱਥੇ, ਰਾਈਟ, ਫਿਰ ਤੁਹਾਡੀ ਸਿਲੈਕਸ਼ਨ ਹੁੰਦੀ ਹੈ। ਔਰ ਉਹ ਸਾਰੀਆਂ ਏਜੰਸੀਜ਼ ਤਕਰੀਬਨ ਸਿਮਿਲਰ ਹੁੰਦੀ ਹੈ, ਰਾਈਟ। ਉਸ ਤੋਂ ਬਾਅਦ ਤੁਸੀਂ ਅਕੈਡਮੀ ਜਾ ਕੇ ਜਾਂਦੇ ਆ, ਅਕੈਡਮੀ ਤੋਂ ਬਾਅਦ ਫਿਰ ਤੁਸੀਂ ਸਟਰੀਟ 'ਤੇ ਟ੍ਰੇਨਿੰਗ ਲੈਂਦੇ ਆ ਜੀ, ਔਰ ਉਸ ਤੋਂ ਬਾਅਦ ਫਿਰ ਦੁਬਾਰਾ ਅਕੈਡਮੀ 2 ਹਫ਼ਤੇ ਜਾ ਕੇ ਤੁਹਾਡੀ ਗ੍ਰੈਜੂਏਸ਼ਨ ਹੁੰਦੀ ਹੈ, ਰਾਈਟ।
ਤੇ ਪ੍ਰੋਬੇਸ਼ਨ ਤੋਂ ਬਾਅਦ ਦੈਨ ਯੂ ਆਰ ਫੁੱਲ ਫਲੈਜ ਕਾਂਸਟੇਬਲ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਪੈਸ਼ਲਾਈਜੇਸ਼ਨ 'ਚ ਤੁਸੀਂ ਜਾਣਾ ਚਾਹੁੰਦੇ ਆ ਤੁਹਾਡੇ ਇੰਟਰਸਟ ਹੁੰਦੇ ਆ ਉਸ ਤਰ੍ਹਾਂ ਦੇ ਕੋਰਸਿਸ ਲੈ ਕੇ ਆਪਣੇ ਆਪ ਨੂੰ ਸਕਿੱਲ ਬਣਾ ਇਨਹੈਂਸ ਕਰਕੇ ਤੁਸੀਂ ਉਸ ਡਾਇਰੈਕਸ਼ਨ ਚਲੇ ਜਾਂਦੇ ਆ ਰਾਈਟ ਐਂਡ ਇੱਕ ਵਾਰ ਜਦੋਂ ਤੁਸੀਂ ਉਸ ਫੀਲਡ ਵਿੱਚ ਚਲੇ ਗਏ ਤਾਂ ਆਫਕੋਰਸ ਉਹਦੇ ਵਾਸਤੇ ਵੀ ਤੁਹਾਡੇ ਕੋਨਸਟੈਂਟ ਇਵੈਲਿਊਏਸ਼ਨ ਐਂਡ ਕੋਨਸਟੈਂਟ ਤੁਹਾਡੀ ਐਜੂਕੇਸ਼ਨ ਉਹ ਪ੍ਰੋਸੈਸ ਚੱਲਦਾ ਰਹਿੰਦਾ ਬਿਲਕੁਲ ਹੀ ਕਿਉਂਕਿ ਇਨਵਾਇਰਮੈਂਟ ਬਦਲਦਾ ਰਹਿੰਦਾ ਰਾਈਟ ਜੋ ਗੈਂਗਸ 90ਾਂ ਦੇ ਵਿੱਚ ਸੀਗੇ ਉਹ 2000 ਦੇ ਵਿੱਚ ਨਹੀਂ ਹੈਗੇ ਸੋ ਤੁਹਾਨੂੰ ਕੋਨਸਟੈਂਟਲੀ ਆਪਣੇ ਆਪ ਨੂੰ ਅਪਡੇਟ ਕਰਨਾ ਪੈਂਦਾ ਔਰ ਉਹ ਸਾਡੀ ਟ੍ਰੇਨਿੰਗ ਜਿਹੜੀ ਹੈ ਇਨ ਹਾਊਸ ਟ੍ਰੇਨਿੰਗ ਰਾਈਟ ਉਹ ਚੱਲਦੀ ਰਹਿੰਦੀ ਹੈ ਕਈ ਵਾਰ ਬਾਹਰ ਵੀ ਜਾਂਦੇ ਹਾਂ ਹੁਣ ਪਿਛਲੇ ਦੋ ਤਿੰਨ ਹਫ਼ਤੇ ਹੋ ਗਏ ਅਸੀਂ ਐਲ ਏ ਗਏ ਸੀਗੇ ਲੋਸ ਐਂਜਲਸ ਔਰ ਉੱਥੋਂ ਦੀਆਂ ਜਿਹੜੀਆਂ ਏਜੰਸੀ ਸੀਗੀਆਂ ਡੀ ਈ ਏ ਹੋਈ ਜਾਂ ਕਾਉਂਟੀ ਸ਼ੈਰਿਫ ਜਾਂ ਐਲ ਏ ਪੀ ਡੀ ਉਹਨਾਂ ਨਾਲ ਅਸੀਂ ਇੱਕ ਹਫ਼ਤਾ ਕੰਮ ਕੀਤਾ ਜਾ ਕੇ ਉੱਥੇ ਰਾਈਟ ਸੋ ਉੱਥੋਂ ਦੇ ਗੈਂਗ ਸੀਨ ਜਿਹੜਾ ਹੈਗਾ ਉਹਨਾਂ ਨੂੰ ਉਹ ਕਿਵੇਂ ਟੈਕਲ ਕਰ ਰਹੇ ਆ ਫਿਰ ਕੰਪੈਰੇਟਿਵਲੀ ਅਸੀਂ ਇੱਥੇ ਕੀ ਕਰ ਰਹੇ ਹਾਂ ਸੋ ਇੱਕ ਦੂਜੇ ਨਾਲ ਜਿਹੜਾ ਆਦਾਨ ਪ੍ਰਦਾਨ ਹੈਗਾ ਇਨਫੋਰਮੇਸ਼ਨ ਦਾ ਉਹ ਅਸੀਂ ਸ਼ੇਅਰ ਕਰਦੇ ਹਾਂ ਟੈਕਨੋਲੋਜੀ ਵਰਤ ਯੂ ਨੋ ਡਿਫਰੈਂਟ ਹੁੰਦੀ ਜਾ ਰਹੀ ਹੈ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਆ ਜਾਂਦੀ ਹੈ ਸੋ ਟੂ ਕੀਪ ਅਪ ਇਟ ਪੇਸ ਵਿਦ ਦ ਇਨਕਰੀਜ਼ਿੰਗ ਟੈਕਨੋਲੋਜੀ ਯੂ ਨੋ ਤੁਹਾਡਾ ਉਹਦੇ 'ਚ ਵੀ ਆਫਕੋਰਸ ਤੁਸੀਂ ਮਾਹਰ ਹੁੰਦੇ ਹੋਗੇ ਤੁਹਾਨੂੰ ਐਕਸਪਰਟੀਜ਼ ਮਿਲਦੀ ਹੋਏਗੀ ਬਟ ਇਹ ਜਦ ਅਸੀਂ ਦੇਖ ਰਹੇ ਹਾਂ ਕਿ ਇੰਟਰਨੈਟ ਦਾ ਜੋ ਅੱਜ ਯੁੱਗ ਹੈ ਇਸਨੇ ਕਿੰਨਾ ਕੁ ਇਹ ਗੈਂਗਸ ਨੂੰ ਜਾਂ ਮੈਂ ਕਹਾਂ ਇਹ ਡਰੱਗਸ ਦੀ ਜਿਹੜੀ ਯੂ ਨੋ ਓਪਨ ਵਿਕਰੀ ਹੈਗੀ ਇਹਨੂੰ ਸ਼ੂਟ ਅਪ ਕੀਤਾ ਹੈਗਾ ਬਹੁਤ ਜ਼ਿਆਦਾ ਕੀਤਾ ਜੀ ਇੱਕ ਡਿਫਰੈਂਟ ਮੋਡ ਆਫ ਕਮਿਊਨੀਕੇਸ਼ਨ ਬਣ ਗਿਆ ਹੁਣ ਰਾਈਟ ਕਿਉਂਕਿ ਪਹਿਲਾਂ ਕਨਵੈਂਸ਼ਨਲੀ ਮੈਂ ਜ਼ਿਆਦਾ ਟੈਕਨੀਕਸ ਦੀ ਗੱਲ ਨਹੀਂ ਕਰੂੰਗਾ ਜੀ ਜੀ ਕਿਉਂਕਿ ਵਾਇਰ ਟੈਪ ਸਾਡਾ ਬ੍ਰੈਡ ਐਂਡ ਬਟਰ ਹੁੰਦਾ ਸੀਗਾ ਹੁਣ ਵੀ ਹੈਗਾ ਉਹ ਵੀ ਸਟਿਲ ਟੈਪ ਫੋਨਸ ਪਰ ਜਿਹੜੇ ਹੈਗੇ ਆ ਗੈਂਗਸਟਰ ਜਿਹੜੇ ਹੈਗੇ ਆ ਦੇ ਮੂਵ ਇਨ ਟੂ ਡਿਫਰੈਂਟ ਟਾਈਪ ਆਫ ਕਮਿਊਨੀਕੇਸ਼ਨ ਇੰਟਰਨੈਟ ਯੂਜ਼ ਕੀਤਾ ਜਾਂਦਾ ਇੱਕ ਡਾਰਕ ਵੈਬ ਹੈਗਾ ਜਿਹਨੂੰ ਡਾਰਕ ਵੈਬ ਕਿਹਾ ਜਾਂਦਾ ਉਸ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਕੇ ਉਹ ਓਪਨ ਵਿਕਰੀ ਇੰਟਰਨੈਟ 'ਤੇ ਹੁੰਦੀ ਪਰ ਉਹ ਇਹ ਨਹੀਂ ਕਿ ਸਾਡੀ ਅੱਖਾਂ ਤੋਂ ਪਰੇ ਹੋ ਜਾਂਦੀ ਹੈ ਰਾਈਟ ਵੀ ਐਜੂਕੇਟ ਅਵਰ ਸੈਲਫ ਐਂਡ ਵੀ ਗੋ ਸਟੈਪ ਅਹੈਡ ਗਵਰਨਮੈਂਟਸ ਦੀ ਜਦੋਂ ਤੁਸੀਂ ਗੱਲ ਕਰਦੇ ਆਫਕੋਰਸ ਆਈ ਵੋਂਟ ਫੋਕਸ ਔਨ ਐਨੀ ਪਰਟੀਕੁਲਰ ਗਵਰਨਮੈਂਟ ਬਟ ਜਨਰਲ ਮੈਂ ਓਵਰਆਲ ਗੱਲ ਕਰ ਰਿਹਾ ਲਾਅ ਇਨਫੋਰਸਮੈਂਟ ਏਜੰਸੀਜ਼ ਗਵਰਨਮੈਂਟਸ ਕਾਨੂੰਨ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਜਿਹੜੇ ਨੇ ਕਈ ਵਾਰ ਨਜ਼ਰ ਆਉਂਦੇ ਨੇ ਸੋ ਕੀ ਤੁਸੀਂ ਅਪਡੇਟ ਕਰਦੇ ਰਹਿੰਦੇ ਹੋ ਗਵਰਨਮੈਂਟਸ ਨੂੰ ਕਿ ਜੀ ਇਹ ਚੀਜ਼ਾਂ 'ਤੇ ਕੰਮ ਹੋਣ ਦੀ ਲੋੜ ਹੈਗੀ ਹੋਵੇ ਜਾਂ ਨਾ ਹੋਵੇ ਇਜ਼ ਅ ਸੈਪਰੇਟ ਇਸ਼ੂ ਬਟ ਐਜ਼ ਅ ਲਾਅ ਇਨਫੋਰਸਮੈਂਟ ਆਫਿਸਰ ਤੁਸੀਂ ਕੀ ਮਹਿਸੂਸ ਕਰਦੇ ਹੈਗੇ ਹੋ ਕਿ ਕੀ ਇਹਦੇ 'ਤੇ ਤੁਸੀਂ ਸਮਝਦੇ ਹੋ ਕਿ ਬਦਲਦੇ ਸਮੇਂ ਦੇ ਨਾਲ ਆਰ ਲਾਅਜ਼ ਅਪ ਟੂ ਦ ਮਾਰਕ ਕੋਈ ਚੇਂਜਸ ਦੀ ਲੋੜ ਹੈਗੀ ਦੇਖੋ ਫਰੰਟ ਲਾਈਨ 'ਤੇ ਮੈਂ ਕੰਮ ਕੀਤਾ ਜਾਂ ਹੋਰ ਵੀ ਪੋਜੀਸ਼ਨਸ 'ਤੇ ਕੰਮ ਕੀਤਾ ਮੇਰੀ ਜੋਬ ਕਦੇ ਇਫੈਕਟ ਨਹੀਂ ਹੋਈ ਲਾਅ ਦੇ ਹੋਣ ਜਾਂ ਨਾ ਹੋਣ ਨਾ ਜਾਂ ਪੁਰਾਣਾ ਜਾਂ ਨਵਾਂ ਹੋਣ ਨਾ ਜੀ ਇੱਕ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਹੈ ਪੁਲਿਸ ਇਨਵੈਸਟੀਗੇਸ਼ਨ ਬੜੀ ਬੇਸਿਕ ਜਿਹੜੀ ਹੈਗੀ ਹੈ ਉਹ ਚਾਹੇ ਹੋਮੋਸਾਈਡ ਹੋਵੇ ਚਾਹੇ ਉਹ ਇੱਕ ਰੋਬਰੀ ਦੀ ਹੋਵੇ ਚਾਹੇ ਇੱਕ ਚੋਰੀ ਦੀ ਹੋਵੇ ਜੇ ਤੁਸੀਂ ਤੁਹਾਡੀ ਇਨਵੈਸਟੀਗੇਸ਼ਨ ਥੋਰੋ ਹੈਗੀ ਹੈ ਰਾਈਟ ਤਾਂ ਆਪਣੇ ਕੋਲ ਕ੍ਰਿਮੀਨਲ ਕੋਡ ਐਡੀ ਮੋਟੀ ਬੁੱਕ ਹੈਗੀ ਹੈ ਕੋਈ ਨਾ ਕੋਈ ਲਾਅ 'ਤੇ ਅਪਲਾਈ ਜ਼ਰੂਰ ਹੁੰਦਾ ਠੀਕ ਕਨਵਿਕਸ਼ਨਸ ਹੁੰਦੀਆਂ ਮੈਂ ਸਕਸੈਸ ਇੱਥੇ ਸੀ ਐੱਫ ਐੱਸ ਸੀ 'ਚ ਵੀ ਦੇਖਿਆ ਅਲਬਰਟਾ 'ਚ ਵੀ ਦੇਖਿਆ ਕਿ 30-30 ਸਾਲ ਬੰਦੇ ਵੱਜੇ ਆ 17-17 ਸਾਲ ਵੱਜੇ ਸੋ ਇਹ ਨਹੀਂ ਕਿ ਹੋ ਨਹੀਂ ਰਿਹਾ ਰਾਈਟ ਪਰ ਕਿਤੇ ਨਾ ਕਿਤੇ ਹਾਂ ਕਿਉਂਕਿ ਸਮੇਂ ਦੇ ਨਾਲ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਰਾਈਟ ਪਰ ਦੈਟਸ ਬਿਯੋਂਡ ਦ ਸਕੋਪ ਆਫ ਮਾਈ ਜੋਬ ਆਫ ਕੋਰਸ ਐਬਸੋਲੂਟਲੀ ਪਰ ਐਸ ਫਾਰ ਐਸ ਅਪਡੇਟ ਜਿਹੜੀ ਹੈਗੀ ਹੈ ਯੈਸ ਏਜੰਸੀਜ਼ ਰੈਗੂਲਰ ਅਪਡੇਟਸ ਪੋਲੀਟੀਸ਼ੀਅਨਸ ਨੂੰ ਦਿੰਦੀਆਂ ਰਾਈਟ ਮੌਜੂਦਾ ਸਰਕਾਰ ਨੂੰ ਰਿਪੋਰਟਸ ਹਰ ਮਹੀਨੇ ਤਕਰੀਬਨ ਜਾਂਦੀਆਂ ਹੈਗੀਆਂ ਰਾਈਟ ਅੱਛਾ ਇੱਕ ਹੋਰ ਜਿਹੜਾ ਆਮ ਤੌਰ 'ਤੇ ਗੱਲ ਹੁੰਦੀ ਜੀ ਕਿ 911 ਨੂੰ ਕਾਲ ਕੀਤਾ ਪੁਲਿਸ ਆ ਗਈ ਘਰ ਦੇ ਵਿੱਚ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਕੋਈ ਡੋਮੈਸਟਿਕ ਵਾਇਲੈਂਸ ਦਾ ਕੇਸ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਉਹ ਇਹੀ ਦੋਸ਼ ਲਾਇਆ ਜਾਂਦਾ ਕਿ ਜੀ ਕਿਉਂਕਿ ਸਾਡੀ ਜਿਹੜੀ ਮੁਲਕ 'ਚੋਂ ਅਸੀਂ ਆਏ ਸਾਡੇ ਉਸ ਮੈਂਟੈਲਿਟੀ ਦੇ ਵਿੱਚ ਗੱਲ ਅੜੀ ਹੋਈ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਇਹਨੇ ਨਿਰਪੱਖ ਹੋ ਕੇ ਕੰਮ ਨਹੀਂ ਕਰਨਾ ਵਨ ਸਾਈਡਡ ਕਈ ਵਾਰੀ ਇਹ ਦੋਸ਼ ਲਾਏ ਜਾਂਦੇ ਨੇ ਕਿ ਫੋਨ ਆਇਆ ਜੀ ਫਟਾਫਟ ਉਹ ਬਿਨਾਂ ਪੁੱਛੇ ਜੀ ਲੈ ਗਏ ਉਹ ਇੱਕ ਨੇ ਕਿਹਾ ਭਾਵੇਂ ਉਹ ਮਰਦ ਹੈ ਔਰਤ ਹੈ ਦੋਸ਼ ਲਾਇਆ ਅਤੇ ਉਹ ਲੈ ਗਏ ਉਸ ਤੋਂ ਬਾਅਦ ਇਹ ਪ੍ਰੋਬਲਮ ਆ ਗਈ ਇਹ ਪ੍ਰੋਸੈਸ ਜਿਹੜਾ ਹੈਗਾ ਕਿ ਇਹ ਇਹਦੇ ਬਾਰੇ ਥੋੜ੍ਹੇ ਮੈਂ ਚਾਹਾਂਗਾ ਕਿ ਬਰੀਫਲੀ ਬਿਕੋਜ਼ ਆਫਕੋਰਸ ਤੁਹਾਡੀ ਇਹ ਰੈਮ 'ਚ ਨਹੀਂ ਹੈਗਾ ਬਟ ਜਨਰਲੀ ਲੋਕਾਂ ਦਾ ਜਿਹੜਾ ਇਹ ਸੰਦੇਹ ਹੈਗਾ ਕੀ ਇਹ ਸਹੀ ਹੈ ਕਿ ਜੀ ਤੁਸੀਂ ਸਿਰਫ ਆਉਂਦੇ ਹੋ ਸੁਣੀ ਤਾਂ ਕਰ ਲਿਆ ਕਿ ਤੁਸੀਂ ਉਹ ਬੁੱਕ ਦਾ ਜੋ ਵੀ ਤੁਹਾਡਾ ਪ੍ਰੋਸੀਜਰ ਹੈਗਾ ਉਸਨੂੰ ਫੋਲੋ ਕਰਦੇ ਹੋ ਫੋਲੋ ਕਰਨਾ ਚਾਹੀਦਾ ਰਾਈਟ ਕੀ ਉਹ ਹੋ ਰਿਹਾ ਮੈਂ ਇੰਡੀਵਿਜੁਅਲ ਕੇਸਿਸ ਬਾਰੇ ਗੱਲ ਨਹੀਂ ਕਰ ਸਕਦਾ ਕਿਉਂਕਿ ਕਈ ਵਾਰੀ ਲੋਕਾਂ ਨੂੰ ਵਾਕਈ ਮਾੜੀ ਸਰਵਿਸ ਮਿਲੀ ਹੋਊਗੀ ਜਿਹੜੀ ਕੰਪਲੇਨ ਕਰ ਰਹੇ ਆ ਮੈਂ ਆਪਣੀ ਐਗਜ਼ਾਮਪਲ ਦੇ ਕੇ ਦੱਸ ਸਕਦਾ ਕਿ ਪਹਿਲੇ 2 ਸਾਲ ਜਦੋਂ ਮੈਂ ਸਟਰੀਟ 'ਤੇ ਸੀਗਾ ਜੀ ਵੀ ਗੋ ਇਨ ਟੂ ਹਾਊਸ ਵਿਦ ਅ ਕੰਪਲੀਟ ਅਨਨੋਨ ਜਿਹੜਾ ਸਿਰਫ ਸਾਡੇ ਕੋਲ ਬੇਸਿਕ ਇਨਫੋਰਮੇਸ਼ਨ ਹੁੰਦੀ ਹੈ ਜਦੋਂ ਕਾਲ ਆਉਂਦੀ ਹੈ ਔਰ ਕੰਪਿਊਟਰ ਸਕਰੀਨ 'ਤੇ ਲਿਖਿਆ ਹੁੰਦਾ ਕਿ ਦੋ ਬੰਦੇ ਲੜ ਰਹੇ ਆ ਜਾਂ ਹਸਬੈਂਡ ਵਾਈਫ ਲੜ ਰਹੀ ਹੈ ਜੋ ਵੀ ਹੋ ਰਿਹਾ ਜੀ ਔਰ ਸਾਡੇ ਲਈ ਕਾਫੀ ਅਨਨੋਨ ਹੁੰਦੇ ਆ ਜਦੋਂ ਘਰ ਦੇ ਵਿੱਚ ਜਾਂਦੇ ਹਾਂ ਅਸੀਂ ਉੱਥੇ ਜਾ ਕੇ ਦੋਨੇ ਪਾਰਟੀਜ਼ ਨੂੰ ਸੈਪਰੇਟ ਕਰਕੇ ਇੱਕ ਬੰਦੇ ਨੇ ਇੱਕ ਨਾਲ ਗੱਲ ਕਰਨੀ ਦੂਸਰੇ ਨੇ ਕਰਨੀ ਹੈ ਉਹਦੀਆਂ ਇੰਜਰੀਜ਼ ਜੇ ਹੋਈਆਂ ਕੰਸਿਸਟੈਂਟ ਹੈਗੀਆਂ ਉਹਦੀ ਸਟੇਟਮੈਂਟ ਜਾਂ ਨਹੀਂ ਹੈਗੀਆਂ ਘਰ 'ਚ ਕਿੰਨੀ ਭੰਨ ਤੋੜ ਹੋਈ ਹੈ ਉਸ ਹਿਸਾਬ ਨਾਲ ਅਸੀਂ ਇੱਕ ਪਾਰਟੀ ਨੂੰ ਰਿਮੂਵ ਕਰਕੇ ਲੈ ਜਾਂਦੇ ਹਾਂ ਠੀਕ ਸੋ ਬਹੁਤੀ ਵਾਰ ਕੀ ਹੁੰਦਾ ਕਿ ਇੱਕ ਜਿਹੜੀ ਪਾਰਟੀ ਹੈਗੀ ਉਹ ਕਈ ਵਾਰੀ ਝੂਠੇ ਐਲੀਗੇਸ਼ਨ ਵੀ ਲਾ ਸਕਦੀ ਹੈ ਰਾਈਟ ਪਰ ਐਟ ਦੈਟ ਪੁਆਇੰਟ ਪੁਲਿਸ ਆਫਿਸਰ ਕੋਲ ਇਹੋ ਜਿਹਾ
ਇਹਨੇ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਕੇ ਕੁਝ ਹੋਰ ਤੁਹਾਡੇ ਜੀਵਨ ਦੇ ਵਿੱਚ ਜਿਹੜੇ ਤੁਸੀਂ ਕੰਮ ਕਰਦੇ ਉਸ ਦੇ ਬਾਰੇ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਂਦੇ ਹਾਂ। ਜੇਪੀ ਟਰਾਂਸਮਿਸ਼ਨਸ ਉਹ ਵਨ ਸਟਾਪ ਟੋਟਲ ਆਟੋ ਕੇਅਰ ਸੈਂਟਰ ਹੈ ਜਿੱਥੇ ਤੁਹਾਨੂੰ ਵਾਜਬ ਕੀਮਤਾਂ ਤੇ ਕੁਆਲਿਟੀ ਸਰਵਿਸ ਦਿੱਤੀ ਜਾਂਦੀ ਹੈ। ਟਰਾਂਸਮਿਸ਼ਨ ਰਿਪੇਅਰ, ਰੀਬਿਲਡ, ਆਟੋਮੈਟਿਕ ਤੇ ਸਟੈਂਡਰਡ ਕਲਚਸ, ਡਿਫਰੈਂਸ਼ੀਅਲ, ਜਨਰਲ ਰਿਪੇਅਰ, ਹਰ ਕਿਸਮ ਦੀਆਂ ਡੋਮੈਸਟਿਕ, ਇੰਪੋਰਟਡ ਤੇ ਯੂਰੋਪੀਅਨ ਗੱਡੀਆਂ ਦੀ ਸਰਵਿਸ, 1 ਟਨ ਤੋਂ 5 ਟਨ ਟਰੱਕ, ਜ਼ੂਜ਼ੂ ਤੇ ਹਿਨੋ ਲਈ ਸਪੈਸ਼ਲ ਸਕੈਨਰ। ਤੁਹਾਡੀ ਗੱਡੀ ਦਾ ਪਹਿਲਾਂ ਮਲਟੀ ਪੁਆਇੰਟ ਚੈੱਕ ਕੀਤਾ ਜਾਂਦਾ ਹੈ ਤੇ ਫਿਰ ਰਿਪੇਅਰ ਕੀਤੀ ਜਾਂਦੀ ਹੈ। ਬੈਸਟ ਸਰਵਿਸ ਲਈ ਅੱਜ ਹੀ ਆਓ 8951-152 ਸਟ੍ਰੀਟ ਸਰੀ, ਜਾਂ ਫਿਰ ਕਾਲ ਕਰੋ ਪੈ ਮਹਿਲ ਸ਼ੰਭੂ 604-589-1217। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ, ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੈਕ ਖੋਸਾ ਜਿਹੜੇ ਕਿ ਸਾਡੇ ਮਹਿਮਾਨ ਹਨ ਗੈਂਗ ਇਨਫੋਰਸਮੈਂਟ ਯੂਨਿਟ ਤੋਂ, ਆਓ ਕੁਝ ਹੋਰ ਜਾਣਕਾਰੀ ਲੈਂਦੇ। ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਗੱਲ ਚੱਲ ਰਹੀ ਹੈ ਤੁਹਾਡੇ ਪ੍ਰੋਫੈਸ਼ਨਲ ਲਾਈਫ ਬਾਰੇ ਤੁਸੀਂ ਦੱਸਿਆ ਹੈ, ਬਹੁਤ ਸਾਰੀਆਂ ਅਚੀਵਮੈਂਟਸ ਹੁੰਦੀਆਂ ਨੇ ਕਿਸੇ ਬੰਦੇ ਦੇ ਜੀਵਨ ਦੇ ਵਿੱਚ, ਤੁਸੀਂ ਕੀ ਮਹਿਸੂਸ ਕਰਦੇ ਹੋ ਐਜ਼ ਜੈਕ ਖੋਸਾ, ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਇਸ ਫੀਲਡ ਦੇ ਵਿੱਚ, ਇਫ ਵੀ ਹੈਵ ਟੂ ਆਸਕ ਯੂ ਵਟ ਇਜ਼ ਯੋਰ ਵਨ ਮੇਜਰ ਕੰਟਰੀਬਿਊਸ਼ਨ, ਵਟ ਵੁੱਡ ਦੈਟ ਬੀ? ਦੇਖੋ ਮੈਂ ਹਮੇਸ਼ਾ ਇਹ ਕਹਿੰਦਾ ਕਿ ਮੈਂ ਸਾਰੇ ਕੰਮ ਆਪਣੇ ਸੈਲਫਿਸ਼ ਰੀਜ਼ਨਸ ਵਾਸਤੇ ਹੀ ਕਰਦਾ। ਮੈਂ ਕਦੇ ਉਹ ਨਹੀਂ ਕੀਤਾ ਕਿ ਹੀਰੋ ਬਣਨਾ ਹੈ ਜਾਂ ਕਿਸੇ ਲਈ ਕੰਮ ਕਰ ਰਹੇ ਹਾਂ। ਐਂਡ ਆਈ ਫਰਮਲੀ ਬਿਲੀਵ ਕਿ ਹਰ ਬੰਦਾ ਆਪਣੀ ਇੰਟਰਨਲ ਸੈਟਿਸਫੈਕਸ਼ਨ ਲਈ ਕਰਦਾ ਜੋ ਕਰਦਾ। ਮੇਰੇ ਦੋ ਛੋਟੇ ਬੱਚੇ ਹੈਗੇ ਆ, 6 ਸਾਲ ਅਤੇ 9 ਸਾਲ ਦਾ, ਰਾਈਟ? ਸੋ ਮੈਂ ਉਹ ਮੋਟੀਵੇਸ਼ਨ ਹੈਗੀ ਮੇਰੀ, ਪੈਰਾਨੋਇਆ ਵੀ ਮੈਨੂੰ ਉੱਥੋਂ ਆਉਂਦਾ ਕਿ ਜੇ ਮੇਰੇ ਬੱਚੇ ਨਾ ਕੱਲ੍ਹ ਨੂੰ ਵਿਗੜ ਜਾਣ, ਸੋ ਦੈਟ ਪੁਸ਼ਿਜ਼ ਮੀ ਇਨ ਟੂ ਕਿ ਦੂਸਰਿਆਂ ਦੇ ਬੱਚੇ ਵੀ ਬਚੇ ਰਹਿਣ। ਉਸ ਪ੍ਰੋਸੈਸ ਦੇ ਵਿੱਚ ਅਗਰ ਕੋਈ ਬੱਚੇ ਦੀ ਜ਼ਿੰਦਗੀ ਸੁਧਰਦੀ ਆ ਤਾਂ ਮੈਨੂੰ ਉਹਦੇ ਨਾਲ ਜਿਹੜੀ ਇੰਟਰਨਲ ਖੁਸ਼ੀ ਮਿਲਦੀ ਹੈ। ਔਰ ਹਾਈਲਾਈਟ ਜਿਹੜੇ ਹੈਗੇ, ਇੱਕ ਨਹੀਂ ਕਾਫੀ ਹੋਏ ਆ, ਯੂ ਨੋ ਆਈ ਵਾਜ਼ ਵਿਦ ਮਾਈ ਫੈਮਲੀ ਐਂਡ ਇੱਕ ਬੱਚੀ ਨੇ ਆ ਕੇ ਸ਼ੀ ਸੈਡ ਹੇ ਹਾਊ ਆਰ ਯੂ, ਹਗ ਮੀ। ਉਹਨੇ ਆ ਕੇ ਦੱਸਿਆ ਕਿ ਉਹਦੇ ਦੋ ਭਰਾ ਸੀ ਜਿਹੜੇ, ਜਿਨ੍ਹਾਂ ਨਾਲ ਮੈਂ 5 ਸਾਲ ਪਹਿਲਾਂ ਬੈਠ ਕੇ ਗੱਲਾਂ ਕੀਤੀਆਂ ਕਿ ਤੁਸੀਂ ਗੈਂਗ 'ਚ ਨਹੀਂ ਸ਼ਾਮਿਲ ਹੋਣਾ, ਉਹ ਇਨਵੋਲਵ ਸੀਗੇ ਜੀ, ਔਰ ਉਹਨਾਂ ਨੂੰ ਬਾਹਰ ਕੱਢ ਲਿਆ। ਔਰ 5 ਸਾਲ ਬਾਅਦ ਉਹ ਮੈਨੂੰ ਦੱਸ ਰਹੀ ਹੈ ਕਿ ਉਹ ਹੁਣ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਗਏ। ਦੈਟ ਇਜ਼ ਦ ਟਰੂ ਰਿਵਾਰਡ, ਜਿਹੜਾ ਉਹ ਸਹੀ ਇਨਾਮ ਹੈਗਾ। ਇੱਕ ਸਟੇਜ 'ਤੇ ਖੜ ਕੇ ਪਲੈਕ ਲੈਣੀ, ਉਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਉਹ ਮੈਨੂੰ ਮੇਰੇ ਡੀਲ ਨਹੀਂ ਹੈਗਾ। ਵੰਡਰਫੁਲ। ਇੱਕ ਪੁਲਿਸ ਅਫਸਰ, ਯੂ ਨੋ ਅਗੇਨ, ਜਿਸ ਤਰ੍ਹਾਂ ਤੁਸੀਂ ਰੋਜ਼ ਕੰਮ ਕਰਦੇ ਹੋ, ਆਫਕੋਰਸ ਇੰਟਰਨਲ ਸੈਟਿਸਫੈਕਸ਼ਨ ਤਾਂ ਹੈ, ਪਰ ਕਈ ਵਾਰੀ ਐਜ਼ ਅ ਪੁਲਿਸ ਅਫਸਰ ਇਨਸਾਨ ਹੋ ਤੁਸੀਂ, ਤੰਗ ਵੀ ਆ ਜਾਂਦੇ ਹੋਗੇ ਕਿ ਯਾਰ ਕੀ ਹੈ, ਕਿਹੜੇ ਪਾਸੇ ਮੈਂ ਲੱਗਾ ਪਿਆ, ਕਦੇ ਐਸੀ ਵੀ ਕੋਈ ਸੋਚ ਆਉਂਦੀ ਹੈਗੀ? ਬਿਲਕੁਲ ਨਹੀਂ ਆਉਂਦੀ ਜੀ। ਇਹ ਨਹੀਂ ਕਿ ਸਾਰੀਆਂ ਜਿੱਤਾਂ ਹੀ ਹੁੰਦੀਆਂ ਇਸ ਮਸਲੇ ਦੇ ਵਿੱਚ, ਕਈ ਹਾਰਾਂ ਵੀ ਹੁੰਦੀਆਂ। ਔਰ ਮੈਂ ਆਪਣੀ ਲਾਈਫ ਨੂੰ ਸਰਕਲ ਡਰਾ ਕਰਕੇ ਦੇਖਦਾ ਹੁੰਦਾ ਕਿ ਜੇ ਕੋਈ ਗਿਵਨ ਸਿਚੁਏਸ਼ਨ ਦੇ ਵਿੱਚ ਮੈਂ ਸਰਕਲ ਡਰਾ ਕਰਨਾ ਕਿ ਇਜ਼ ਇਟ ਇਨ ਮਾਈ ਸਰਕਲ ਆਫ ਇਨਫਲੂਐਂਸ, ਕੀ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਇਹਦੇ 'ਤੇ ਮੈਂ ਕੰਮ ਕਰਕੇ ਇਹਨੂੰ ਚੇਂਜ ਕਰ ਸਕਦਾ ਜਾਂ ਨਹੀਂ ਕਰ ਸਕਦਾ। ਅਗਰ ਉਹ ਮੇਰੇ ਸਰਕਲ ਆਫ ਇਨਫਲੂਐਂਸ ਤੋਂ ਬਾਹਰ ਹੈਗੀ ਹੈ, ਮੈਂ ਉੱਥੇ ਸਟ੍ਰੈਸ ਨਹੀਂ ਲੈਂਦਾ, ਰਾਈਟ? ਸੋ ਜੇ ਉਹ ਹਾਰ ਵੀ ਹੈਗੀ ਤਾਂ ਐਕਸੈਪਟ ਦੈਟ ਹਾਰ ਐਂਡ ਮੂਵ ਔਨ ਟੂ ਦ ਨੈਕਸਟ ਡੇ, ਨਹੀਂ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਲਾਈਫ ਨੂੰ ਕੈਰੀ ਔਨ ਕਰਨਾ। ਜੋਬ ਹੈਗੀ, ਆਈ ਟੇਕ ਇਟ ਸੀਰੀਅਸਲੀ, ਪਰ ਫੈਮਲੀ ਫਸਟ, ਰਾਈਟ? ਫੈਮਲੀ ਫਸਟ ਦਾ ਜਿੱਥੇ ਤੁਸੀਂ ਜ਼ਿਕਰ ਕੀਤਾ, ਦੋ ਤੁਹਾਡੇ ਬੱਚੇ ਨੇ, ਵੰਡਰਫੁਲ। ਸਮਾਂ ਕਿ ਬਤਾਉਂਦੇ ਹੋ ਤੁਸੀਂ, ਕੋਈ ਸ਼ੌਂਕ ਹੈਗੇ ਨੇ ਤੁਹਾਡੇ? ਦੇਖੋ ਗਾਰਡਨਿੰਗ ਮੇਰਾ ਬੜਾ ਵੱਡਾ ਸ਼ੌਂਕ ਹੈ, ਔਰ ਮੈਂ ਬੱਚਿਆਂ ਨੂੰ ਵੀ ਲਾਇਆ ਹੋਇਆ ਸ਼ੁਰੂ ਤੋਂ। ਵੈਰੀ ਗੁੱਡ। ਸੋ ਮੈਂ ਨੇਬਰਹੁੱਡ 'ਚ ਵੀ ਇਹੀ ਪ੍ਰਮੋਟ ਕਰਦਾ ਹੁੰਦਾ ਕਿ ਬੱਚਿਆਂ ਤੋਂ ਗਾਰਡਨਿੰਗ ਕਰਵਾਓ, ਠੀਕ? ਜਿਹੜੇ ਘਰੇ ਬੂਟੇ ਲਾਉਣੇ ਉਹਨਾਂ ਨੂੰ ਲਾ ਕੇ ਉਹਨਾਂ ਨੂੰ ਲਾਉਣ ਦੇ, ਉਹਨਾਂ ਦੇ ਹੱਥਾਂ ਨਾਲ ਪਤਾ ਲੱਗੇ ਉਹਨਾਂ ਨੂੰ ਕਿ ਕੀ ਹੁੰਦਾ ਸਾਰਾ ਜੀ। ਪੜ੍ਹਨਾ ਲਿਖਣਾ ਮੇਰਾ ਕਾਫੀ ਸ਼ੌਂਕ ਹੈ, ਕਿਤਾਬਾਂ ਦੀ ਲਾਇਬ੍ਰੇਰੀ ਮੇਰੇ ਕੋਲ 3000 ਕਿਤਾਬ ਘਰੇ ਪਈ ਹੋਈ ਹੈ। ਸੋ ਲਿਟਰੇਚਰ ਦੇ ਨਾਲ ਕਾਫੀ ਲਗਾਵ ਹੈਗਾ, ਔਰ ਉਹਦੇ ਨਾਲ ਮਾਂ ਬੋਲੀ ਨਾ, ਸੋ ਜਿਸ ਤਰ੍ਹਾਂ ਪੰਜਾਬੀ ਦੇ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਮੈਂ, ਠੀਕ? ਔਰ ਇਹ ਚੀਜ਼ਾਂ ਮੇਰੇ ਸ਼ੌਂਕ ਹੈ। ਬਹੁਤ ਖੂਬ। ਕਿਹੜੀ ਚੀਜ਼ ਤੁਹਾਨੂੰ ਇੰਸਪਾਇਰ ਕਰਦੀ ਹੈ ਜੋ ਤੁਸੀਂ ਕਰਦੇ ਹੋ, ਕਿਉਂਕਿ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਜੀਵਨ ਦੇ ਵਿੱਚ, ਤੁਹਾਡਾ ਕੌਣ? ਦੇਖੋ ਮੇਰੇ ਲਾਈਫ ਦੇ ਵਿੱਚ ਬੰਦਾ ਨਿੱਕੀ ਨਿੱਕੀ ਚੀਜ਼ਾਂ ਦਾ ਬਣਿਆ ਹੁੰਦਾ। ਸੋ ਗਰੋਇੰਗ ਅਪ ਆਈ ਯੂਸ ਟੂ ਸੀ ਸੁਰਜੀਤ ਪਾਤਰ ਸਾਹਿਬ, ਡਾਕਟਰ ਸਾਹਿਬ, ਗੁਰਤੇਜ ਕੁਹਾਰ ਵਾਲਾ ਜੀ, ਤੇਜਵਿੰਦਰ ਬਰਾੜ, ਇਹੋ ਜਿਹੇ ਲੋਕਾਂ ਨਾਲ ਮੇਰਾ ਸਾਥ ਰਿਹਾ, ਔਰ ਮੇਰੀ ਉਮਰ ਤੋਂ ਕਾਫੀ ਵੱਡੇ ਸੀਗੇ, ਪਰ ਉੱਥੋਂ ਮੈਨੂੰ ਸੇਧ ਮਿਲੀ ਸਾਰੀ। ਨਾਨਕਾ ਪਰਿਵਾਰ ਸਾਰਾ ਸਾਡਾ ਆਰਮੀ 'ਚ ਸੀਗਾ, ਸੋ ਯੂਨੀਫਾਰਮ ਦੇਖ ਕੇ ਇਹਨੂੰ ਵੱਡੇ ਹੋਏ ਹਾਂ, ਰਾਈਟ? ਤਾਂ ਮੰਮ ਮੇਰੇ ਜਿਹੜੇ ਹੈਗੇ ਨੈਸ਼ਨਲ ਅਵਾਰਡ ਉਹਨਾਂ ਨੂੰ ਟੀਚਿੰਗ ਦਾ ਮਿਲਿਆ ਇੰਡੀਆ ਦੇ ਵਿੱਚ। ਸੋ ਕਾਫੀ ਰੋਲ ਮਾਡਲ ਮੇਰੇ ਆਲੇ ਦੁਆਲੇ ਰਹੇ, ਔਰ ਇਹੀ ਮੈਂ ਪ੍ਰਮੋਟ ਕਰਦਾ ਨਾ ਕਿ ਬੱਚਿਆਂ ਨੂੰ ਆਪਣੇ ਪੋਜ਼ਿਟਿਵ ਰੋਲ ਮਾਡਲਸ ਨਾਲ ਸਰਾਊਂਡ ਕਰਕੇ ਰੱਖੋ। ਐਬਸੋਲੂਟਲੀ। ਤੁਹਾਨੂੰ ਕੋਈ ਪਤਾ ਨਹੀਂ ਕਿ ਕਿੱਥੋਂ ਉਹਨਾਂ ਨੇ ਨਿੱਕੀ ਜਿਹੀ ਚੀਜ਼ ਲੈ ਜਾਣੀ ਹੈ ਜੀ, ਔਰ ਉਹਨੂੰ ਇਗਨਾਈਟ ਕਰਕੇ ਆਪਦੇ ਅੰਦਰ ਜਿਹੜੀ ਤੁਹਾਡੇ ਅੰਦਰ ਦੀ ਅੱਗ ਹੈਗੀ ਹੈ ਉਹ ਤੁਹਾਨੂੰ ਕਿੱਥੇ ਲੈ ਕੇ ਜਾਊਗੀ ਜੀ? ਇੱਕ ਨੌਜਵਾਨ ਜਿਹੜਾ ਇਸ ਫੀਲਡ 'ਚ ਆਉਣਾ ਚਾਹੁੰਦਾ ਹੈਗਾ ਐਜ਼ ਅ ਪੁਲਿਸ ਅਫਸਰ, ਉਹਦੇ ਵਾਸਤੇ ਤੁਸੀਂ ਕੀ ਉਹਨੂੰ ਗਾਈਡਲਾਈਨਸ ਦੇਣਾ ਚਾਹੋਗੇ ਅੱਜ? ਦੇਖੋ ਪਹਿਲਾਂ ਤਾਂ ਰੈਕਡ ਕਲੀਨ ਰੱਖੋ ਆਪਣਾ। ਓਕੇ। ਮੈਂ ਆਪਣੇ ਪੰਜਾਬੀ ਮੁੰਡੇ ਦੇਖਿਆ, ਫਿਜ਼ੀਕਲ ਫਿਟਨੈਸ 'ਤੇ ਬੜਾ ਜ਼ੋਰ ਦਿੰਦੇ ਆ, ਜਿਮ ਜਾਂਦੇ ਆ, ਪਰ ਬੈਕਗਰਾਊਂਡ 'ਚ ਮਾਰ ਖਾ ਜਾਂਦੇ ਆ। ਜੇ ਤੁਹਾਡੀ ਐਸੋਸੀਏਸ਼ਨ ਕਿਸੇ ਗੈਂਗਸਟਰਸ ਨਾਲ, ਡਰੱਗ ਡੀਲਰ ਨਾਲ ਰਹੀ ਹੈ, ਤੁਸੀਂ ਬੈਕਗਰਾਊਂਡ ਜਿਹੜੀ ਫੇਲ ਕਰ ਜਾਓਗੇ ਉਹ, ਕਿਉਂਕਿ ਕਾਫੀ ਇੰਟੈਂਸਿਵ ਬੈਕਗਰਾਊਂਡ ਚੈੱਕ ਕਰਦੇ ਤੁਹਾਡਾ, ਤੁਹਾਡਾ ਰੈਕਡ, ਤੁਹਾਡੀ ਲਾਈਫ ਜਿਹੜੀ ਪੁਰਾਣੀ ਕਿੰਨੀ ਕਲੀਨ ਰਹੀ ਹੈਗੀ ਹੈ।
ਡਰੱਗ ਫਰੀ ਆਪਣੀ ਲਾਈਫ ਜ਼ਿੰਦਗੀ ਬਤੀਤ ਕਰੋ ਜੀ। ਸ਼ਰਾਬ ਸਾਰੇ ਪੀਂਦੇ, ਬਹੁਤ ਲੋਕ ਪੀਂਦੇ, ਉਹਨੂੰ ਐਜ਼ ਅ ਸੋਸ਼ਲ ਡਰਿੰਕ ਲਓ, ਡੋਂਟ ਬੀ ਐਨ ਅਲਕੋਹਲਿਕ, ਅਤੇ ਗੱਡੀ ਬਿਲਕੁਲ ਡਰਾਈਵ ਨਾ ਕਰੋ ਪੀ ਕੇ। ਇਹ ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਢਾਲ ਆ ਸਕਦੀਆਂ ਤੁਹਾਡੀ ਐਪਲੀਕੇਸ਼ਨ ਨੂੰ। ਬਾਕੀ ਵਾਲੰਟੀਅਰ ਜਿੰਨਾ ਵੀ ਕਰ ਸਕਦੇ ਹਾਂ ਕਰੋ, ਸਿਰਫ ਇਸ ਕਰਕੇ ਨਹੀਂ ਕਿ ਤੁਸੀਂ ਪੁਲਿਸ ਜਾਣਾ ਕਰਕੇ। ਔਰ ਹੁਣ ਵੀ ਮੈਂ ਗਨ ਮਿਲ ਗਿਆ, ਬੈਜ ਮਿਲ ਗਿਆ, ਆਈ ਸਟਿਲ ਵਾਲੰਟੀਅਰ ਮਾਈ ਟਾਈਮ, ਕਿਉਂਕਿ ਐਜ਼ ਅ ਸਿੱਖ ਮੈਂ 10% ਤਾਂ ਦਿਨਾ ਹੀ ਦਿੰਦਾ, ਔਰ ਮੇਰੇ ਕੋਲ ਇਨਕਮ ਤਾਂ ਇੰਨੀ ਹੈ ਨਹੀਂ ਕਿ ਮੈਂ ਪੈਸਾ ਦੇਵਾਂ, ਮੈਂ ਆਪਣਾ ਟਾਈਮ ਦਿੰਦਾ। ਸੋ ਯੂ ਹੈਵ ਟੂ ਕੰਟੀਨਿਊ ਦੈਟ, ਤੁਹਾਡੇ ਅੰਦਰੋਂ ਖੁਸ਼ੀ ਮਿਲੂਗੀ, ਔਰ ਤੁਸੀਂ ਕਿਸੇ ਨੂੰ ਇੰਸਪਾਇਰ ਕਰੋਗੇ ਜਾਂ ਕਿਸੇ ਤੋਂ ਇੰਸਪਾਇਰ ਹੋਵੋਗੇ। ਬਿਲਕੁਲ। ਸੋ ਦੀਸ ਆਰ ਦਾ ਥਿੰਗਸ ਯੂ ਨੀਡ ਟੂ ਡੂ। ਐਜੂਕੇਸ਼ਨ 'ਤੇ ਖਿਆਲ ਰੱਖੋ, ਸੰਗਤ ਮਾੜੀ ਨਾ ਰੱਖੋ, ਠੀਕ। ਸੋ ਮੇਰਾ ਆਪਣੇ ਬੱਚਿਆਂ ਨੂੰ ਤਾਂ ਇਹ, ਪੇਰੈਂਟਸ ਨੂੰ ਖਾਸ ਕਰਕੇ ਇਹ ਮੈਸੇਜ ਹੈ ਕਿ ਕੀਪ ਯੂਰ ਕਿਡਸ ਅਵੇ ਫਰੋਮ ਆਲ ਦਿਸ। ਕੋਈ ਰਿਗਰੈਟ ਨਹੀਂ, ਜੇ ਰਿਗਰੈਟ ਹੋਵੇ ਤਾਂ ਆਈ ਵੁਡਨਟ ਬੀ ਹੇਅਰ ਹੂ ਆਈ ਐਮ ਟੁਡੇ। ਵੰਡਰਫੁਲ। ਸੋ ਲਾਈਫ 'ਚ ਜੇ ਕੋਈ ਗਲਤੀਆਂ ਵੀ ਹੋਈਆਂ, ਦੈਟ ਮੇਡ ਮੀ ਹੂ ਆਈ ਐਮ ਟੁਡੇ। ਰਾਈਟ। ਸੋ ਇਹ ਨਹੀਂ ਕਿ ਮੈਂ ਆਮ ਐਂਜਲ, ਕੀਪ ਔਨ ਲਰਨਿੰਗ ਫਰਮ ਯੋਰ ਪਾਸਟ ਮਿਸਟੇਕਸ ਐਂਡ ਕੀਪ ਔਨ ਮੂਵਿੰਗ ਫੋਰਵਰਡ। ਆਮ ਨੋ ਐਂਜਲ। ਇਹ ਨਹੀਂ ਕਿ ਗਲਤੀਆਂ ਹੁੰਦੀਆਂ ਇਨਸਾਨ ਤੋਂ, ਤੁਸੀਂ ਉਹਨਾਂ ਗਲਤੀਆਂ ਤੋਂ ਸਿੱਖਦੇ ਆ ਫਿਰ ਅੱਗੇ ਵੱਧਦੇ ਆ, ਐਂਡ ਦੈਟ ਮੇਕਸ ਯੂ ਹੂ ਯੂ ਆਰ। ਬਹੁਤ ਖੂਬ ਜੀ, ਇਟ ਵਾਸ ਅ ਪਲੇਜ਼ਰ ਟਾਕਿੰਗ ਟੂ ਯੂ। ਸਾਨੂੰ ਬੜਾ ਮਾਣ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਤੁਹਾਡੇ ਵਰਗੇ ਲੋਕ ਹੈਗੇ ਨੇ ਜਿਹੜੇ ਕਿ ਆਪਣਾ ਜੋਬ ਜੋ ਪੈਸ਼ਨ ਜੋ ਹੈ ਉਸਨੂੰ ਨੌਕਰੀ ਵਜੋਂ ਨਹੀਂ ਕਰਦੇ, ਲੇਕਿਨ ਕੀ ਤੁਸੀਂ ਕੰਟਰੀਬਿਊਟ ਬੈਕ ਕਰ ਸਕਦੇ ਹੋ ਉਸ ਨਜ਼ਰੀਏ ਤੋਂ ਸੋਚਦੇ ਹੋ। ਤੁਹਾਡਾ ਧੰਨਵਾਦ ਅਤੇ ਸ਼ੁਭਕਾਮਨਾ, ਅਤੇ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਤੁਸੀਂ ਆਪਣਾ ਵੀ ਅਤੇ ਕਮਿਊਨਿਟੀ ਦਾ ਨਾਮ ਰੋਸ਼ਨ ਕਰਦੇ ਰਹੋਗੇ। ਥੈਂਕ ਯੂ ਫੋਰ ਯੋਰ ਟਾਈਮ। ਥੈਂਕ ਯੂ ਅਭਿਜੀ।